ਵੀਰਸ ਬ੍ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਨਿਊਜ਼ੀਲੈਂਡ ਤੋਂ ਵੀਰ ਮਨਪ੍ਰੀਤ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਅਸੀਂ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਵੇਖਦੇ ਹਾਂ ਬਹੁਤ ਵਧੀਆ ਲੱਗਦਾ ਹੈ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਮੇਰਾ ਕਹਿਣਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਵੀਰ ਰਾਜਵਾਨਾ ਜੀ ਬਾਰੇ ਕਈ ਸਿੱਖ ਆਗੂ ਕਹਿ ਰਹੇ ਨੇ ਕਿ ਉਹ ਬਾਦਲ ਨਾਲ ਰਲਿਆ ਹੋਇਆ ਹੈ ਕੁਝ ਰਾਟੀ ਅਨਸਰ ਵੀਰ ਹਵਾਰੇ ਬਾਰੇ ਵੀ ਫੇਸਬੁਕ ਤੇ ਗਲਤ ਲਿਖ ਰਹੇ ਹਨ ਕਿ ਇਹ ਫੁੱਟ ਪਾਈ ਜਾ ਰਹੀ ਹੈ ਜਾਂ ਕਿਤੇ ਨਾ ਕਿਤੇ ਇਹ ਸਾਡੀ ਕਮਜ਼ੋਰੀ ਹੈ ਸਾਡੀ ਇਹ ਵੀ ਕਮਜ਼ੋਰੀ ਹੈ ਕਿ ਕੋਈ ਕੁਝ ਵੀ ਕਹੇ ਅਸੀਂ ਉਹਦੇ ਪਿੱਛੇ ਲੱਗ ਤੁਰਦੇ ਹਾਂ ਡਾਕਟਰ ਸਾਹਿਬ ਇਸ ਦਾ ਕੀ ਹੱਲ ਹੈ ਆਪਸੀ ਫੋਟ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਅ ਵੀਰ ਮਨਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਹਨੇ ਸਾਨੂੰ ਨਿਊਜ਼ੀਲੈਂਡ ਤੋਂ ਲਿਖਿਆ ਜੀ ਉਹਨਾਂ ਨੇ ਜਿਹੜਾ ਕਨਸਰਨ ਜ਼ਾਹਰ ਕੀਤਾ ਵੀਰ ਬਲਵੰਤ ਸਿੰਘ ਰਾਜੋਆਣਾ ਵੀਰ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਨਾਵਾਂ ਨੂੰ ਲੈ ਕੇ ਕਿਵੇਂ ਫੇਸਬੁੱਕ ਤੇ ਉੱਤੇ ਵੀ ਭਲੇ ਚੰਗੇ ਕਮੈਂਟ ਕੀਤੇ ਜਾਂਦੇ ਨੇ ਜੀ ਫਿਰ ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਐਲਾਨ ਕੀਤਾ ਕਿ ਉਹ ਦੋ ਸੀਟਾਂ ਤੇ ਅਨੰਦਪੁਰ ਸਾਇਬਰ ਪਟਿਆਲਾ ਤੋਂ ਉਮੀਦਵਾਰ ਖੜੇ ਕਰਨਗੇ ਅ ਉਸ ਤੋਂ ਪਹਿਲਾਂ ਪਿਛਲੀਆਂ ਚੋਣਾਂ ਵੇਲੇ ਉਹਨਾਂ ਨੇ ਬਾਦਲ ਦਲ ਦੀ ਹਮਾਇਤ ਕਰਨ ਦੀ ਜਿਹੜੀ ਹੈ ਉਹ ਕਾਲ ਦਿੱਤੀ ਸੀ ਜੀ ਉਦੋਂ ਵੀ ਕਾਫੀ ਇਸ ਕਿਸਮ ਦੀਆਂ ਟਿੱਪਣੀਆਂ ਸਨ ਕਿ ਉਹ ਬਾਦਲ ਦੇ ਨਾਲ ਰਲ ਗਏ ਜੀ ਜੀ اور ਫਿਰ ਸਾਨੂੰ ਵੀ ਇਸ ਬਾਰੇ ਜਦੋਂ ਪਿਛਲੇ ਦਿਨਾਂ 'ਚ ਇੱਕ ਖਾਸ ਤੌਰ ਤੇ ਸਵਾਲ ਪੁੱਛਿਆ ਗਿਆ ਤੇ ਅਸੀਂ ਉਸ ਦੇ ਉੱਤੇ ਜਿਹੜਾ ਗੁਰਮਤ ਦੀ ਰੋਸ਼ਨੀ 'ਚ ਔਰ ਜਿਵੇਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਬਿਨਾਂ ਕਿਸੇ ਬਾਇਸ ਤੋਂ ਵਿਤਰੇ ਤੋਂ ਪੰਥਕ ਪ੍ਰਿਜ਼ਮ ਦੇ ਨਾਲ ਪੰਥਕ ਲੈਂਸ ਦੇ ਨਾਲ ਇਸ਼ੂਜ਼ ਨੂੰ ਸਮਝਿਆ ਜਾਏ ਅਸੀਂ ਰਿਸਪੌਂਡ ਕੀਤਾ ਜੀ ਬਹੁਤ ਚੰਗੀ ਗੱਲ ਹੈ ਵੀ ਜਿਹੜੀ ਸਾਡੀ ਭਾਈ ਰਾਜੋਆਣਾ ਔਰ ਜਿਹੜੀ ਸਾਰੀ ਰਾਜਸੀ ਪਰਟੀਸਿਪੇਸ਼ਨ ਹੋਏ ਨਾ ਹੋਏ ਇਸ ਪਰ ਟਿੱਪਣੀ ਸੀ ਇਹ ਬਹੁਤ ਮਕਬੂਲ ਹੋਈ ਬੜੀ ਪੋਪੂਲਰ ਹੋਈ ਫੇਸਬੁੱਕ ਤੇ ਉੱਤੇ ਵੀ ਇੰਟਰਨੈਟ ਤੇ ਵੀ ਕੁਝ ਦਿਨਾਂ ਦੇ ਵਿੱਚ ਇਨੀਸ਼ੀਅਲੀ ਜੀ 22000 ਜਿਹੜੀਆਂ ਨੇ ਉਸ ਦੇ ਉੱਤੇ ਵੀਰਾਂ ਭੈਣਾਂ ਨੇ ਜਾ ਕੇ ਉਸ ਨੂੰ ਦੇਖਿਆ ਬਹੁਤ ਸਾਰੀਆਂ ਲਾਈਕਸ ਵੀ ਉਹਦੇ ਉੱਤੇ ਦਿੱਤੀਆਂ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਵੀ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਇਹਦੇ باوجود ਕਿ ਇੱਕ ਛੋਟਾ ਤਬਕਾ ਇਕਦਮ ਭਾਵਕ ਹੋ ਕੇ ਕਮੈਂਟ ਕਾਊਂਟਰ ਕਮੈਂਟ ਕਰਦੇ ਪਰ ਵੱਡਾ ਹਿੱਸਾ ਇਹ ਚਾਹੁੰਦਾ ਹੈ ਕਿ ਵੀ ਇਹ ਸਾਡੇ ਦੋਵੇਂ ਹੀ ਵੀਰ ਵੀਰ ਜਗਤਾਰ ਸਿੰਘ ਹਵਾਰਾ ਵੀਰ ਬਲਵੰਤ ਸਿੰਘ ਰਾਜਵਾਨ ਜੀ ਇਹ ਸਾਡੇ ਬਹੁਤ ਕੀਮਤੀ ਹੈ ਸੈਟ ਨੇ ਸਾਡੇ ਬਹੁਤ ਇਹ ਕੀਮਤੀ ਵੀਰ ਨੇ ਦੋਨਾਂ ਨੇ ਬਹੁਤ ਵੱਡਾ ਕੰਮ ਕੀਤਾ ਔਰ ਹਮੇਸ਼ਾ ਹੀ ਅੱਜ ਵੀ ਜਦੋਂ ਅਸੀਂ 31 ਅਕਤੂਬਰ ਆ ਰਿਹਾ ਦੋ ਤਿੰਨ ਦਿਨ ਬਾਅਦ ਸ਼ਹੀਦ ਭਗਤ ਸਿੰਘ ਸ਼ਹੀਦ ਭਾਈ ਬੈਂਤ ਸਿੰਘ ਜੀ ਔਰ ਅੰਦਾਸ਼ ਸ਼ਹੀਦੀ ਦਿਨ ਨੇ ਔਰ ਉਸੇ ਕੰਟੈਕਸਟ ਅੱਜ ਟੀਵੀ 84 ਨਿਊਜ਼ ਦੇ ਉੱਤੇ ਉਹਨਾਂ ਦੇ ਸੁਪੁੱਤਰ ਸ਼ਹੀਦ ਭਾਈ ਬਿਆਨ ਸਿੰਘ ਦੇ ਸਰਬਜੀਤ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਏਗੀ ਸੋ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਜੋ ਕੇ ਸੰਘਰਸ਼ ਦੇ ਐਕਸ਼ਨਸ ਨੂੰ ਦੇਖਦੇ ਜਿਨ੍ਹਾਂ ਚ ਇੰਦਰਾ ਗਾਂਧੀ ਜਨਰਲ ਵੈਧ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ ਇਹ ਬਹੁਤ ਵੱਡੇ ਕੰਮ ਨੇ ਜੀ ਜੀ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਭਾਈ ਕੀਰ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ યાਫ਼ਤਾ ਕੀਤਾ ਹੈ। ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸੁੱਖਾ ਨੇ ਜਰਨਲ ਵੈਦਿਆ ਨੂੰ ਕੀਤਾ। ਜੀ। ਔਰ ਜੇ ਅਸੀਂ ਇੰਪੋਰਟੈਂਟ ਜਿਹੜੇ ਪੰਥ ਨੇ ਅ ਨੈਚੁਰਲ ਲਾਅ ਦੇ ਥੱਲੇ ਜਿਹੜੇ ਐਕਸ਼ਨ ਲਏ ਉਹਨਾਂ ਵੱਲ ਦੇਖੀਏ ਤੇ ਤੀਸਰਾ ਵੱਡਾ ਐਕਸ਼ਨ ਸਾਡੇ ਸੰਗ ਰਿਸ਼ਤਾ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਸਜ਼ਾ યાਫ਼ਤਾ ਕਰਨਾ ਸੀ। ਔਰ ਜਿਵੇਂ ਉਸਨੇ ਹਜ਼ਾਰਾਂ ਬੇਗੁਨਾਹ ਸੱਖਾਂ ਦਾ ਖੂਨ ਕੀਤਾ ਨੌਜਵਾਨਾਂ ਦੀ ਨਸਲਕੁਸ਼ੀ ਕੇਪੀਗਲ ਨੂੰ ਖੁੱਲੀ ਛੁੱਟੀ ਦੇ ਕੇ ਕਰਵਾਈ ਜੀ ਜੀ ਉਹਦਾ ਇਨਾਕ ਦਬਦਬਾ ਬਣਾ ਦਿੱਤਾ ਗਿਆ ਸੀ ਕਿ ਵਜ਼ੀਰ ਉਹਦੇ ਉਹਨੂੰ ਗੁਰੂ ਨਾਨਕ ਸਾਹਿਬ ਦਾ ਭਗਵਾਨ ਰਾਮ ਕ੍ਰਿਸ਼ਨ ਦਾ ਅਵਤਾਰ ਕਹਿਣ ਲੱਗ ਗਏ ਸੀ ਹੁਣ ਉਹਨਾਂ ਹਾਲਾਤਾਂ 'ਚ ਇਹ ਕ੍ਰੈਡਿਟ ਸ਼ਹੀਦ ਭਾਈ ਦਿਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਇਨਾਦੀ ਟੀਮ ਨੂੰ ਜਾਂਦਾ ਹੈ ਕਿ ਹਾਲਾਂਕਿ ਅਸੀਂ ਸਿੱਧੇ ਤੌਰ ਤੇ ਹਿੰਸਾ ਦੇ ਸਮਰਥਕ ਨਹੀਂ ਹੈ ਜੀ ਪਰ ਇਹ ਵੀ ਇੱਕ ਜਿਵੇਂ ਜਦੋਂ ਅਮਰੀਕਾ ਨੇ ਸਟ੍ਰਾਈਕ ਕੀਤਾ ਹੈ ਇਰਾਕ ਦੇ ਉੱਤੇ ਜਾਂ ਦੂਸਰਿਆਂ ਦੇ ਤਾਂ ਇਹ ਕਾਰਗੂਮੈਂਟ ਇਸਤੇਮਾਲ ਕੀਤਾ ਗਿਆ ਹਰ ਥਾਂ ਤੇ ਜੀ ਜੀ ਪ੍ਰੀਐਮਪਟ ਸਟ੍ਰਾਈਕ ਪ੍ਰੀਐਮਟੇ ਹੈ ਕਿ ਜੇ ਅਸੀਂ ਨਾ ਕਰਦੇ ਤੇ ਇਹਨਾਂ ਨੇ ਹੋਰ ਵੀ ਨੁਕਸਾਨ ਕਰਨਾ ਸੀ ਬੇਗੁਨਾ ਨੂੰ ਮਾਰਨਾ ਸੀ ਜੀ ਉਹ ਜਿਵੇਂ ਜਨਾ ਪ੍ਰੈਸ਼ਰ ਸੀਰੀਆ ਦੇ ਉੱਤੇ ਰੱਖਿਆ ਇਹਨਾਂ ਨੇ ਔਰ ਬਾਅਦ ਚ ਸਿਰਿਆ ਨੂੰ ਮੰਨਣਾ ਪਿਆ ਇੰਟਰਨੈਸ਼ਨਲ ਕੰਪਰੋਮਾਈਜ਼ ਕਿ ਕੈਮੀਕਲ ਵੈਪਨ ਸਰੈਂਡਰ ਕੀਤੇ ਨੇ ਉਹਨੇ ਕਿ ਵੀ ਜੇ ਅਸੀਂ ਨਾ ਕੀਤਾ ਤਾਂ ਕਿੰਨੇ ਲੋਕ ਮਾਰੇ ਜਾਣਗੇ ਜੀ ਜੀ ਸੋ ਸੋਸੀਂ ਸਮਝਦੇ ਆਂ ਵੀ ਇਹ ਇੰਦਰਾ ਗਾਂਧੀ ਹੋਏ ਇੰਦਰਾ ਗਾਂਧੀ ਨੂੰ ਵੀ ਜੇ 31 ਅਕਤੂਬਰ ਨੂੰ ਸਜ਼ਾਇਆਫਤਾ ਨਾ ਕੀਤਾ ਜਾਂਦਾ ਤੇ ਜਿਹੜੇ ਹੁਣ ਰੈਕੋਰਡ ਨੇ ਸਾਹਮਣੇ ਸੰਗਤ ਸਿੰਘ ਨੇ ਹਿਸਟਰੀ ਇਨ ਸਿੱਖ ਦੇ ਵਿੱਚ ਲਿਖਿਆ ਕਿ ਨਵੰਬਰ ਦੇ ਮਹੀਨੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਪ ਸੀ ਉਸ ਤੇ ਨੰਦਰਾ ਗਾਂਧੀ ਨੇ ਜਿਵੇਂ ਜੂਨ 84 ਚ ਪੰਜਾਬ ਪਰ ਦੇ ਗੁਰਦੁਆਰਿਆਂ ਤੇ ਤਾਵਾ ਬੋਲੇ ਸੀ ਜੀ ਨਵੰਬਰ ਦੇ ਉਸ ਗੁਰਪੁਰਬ ਵਾਲੇ ਦਿਨ ਭਾਰਤ ਪਰ ਦੇ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਤੇ ਹਮਲਾ ਹੋਣਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਦਿਨ ਮਨਾਉਣ ਲਈ ਸੰਗਤਾਂ ਇਕੱਠੀਆਂ ਨੇ ਜੀ ਤੇ ਪੀੜਾਂ ਤੋਂ ਮਰਵਾਉਣੇ ਸੀ ਔਰ ਉਹ ਕਿਉਂਕਿ ਬੈਂਸ ਸਿੰਘ ਹੋਰਾਂ ਨੂੰ ਪਤਾ ਲੱਗਾ ਉਹ ਪ੍ਰੀ ਐਮਟ ਉਹਨਾਂ ਨੇ ਕੀਤਾ ਸੋ ਉਹੀ ਜਿਹੜਾ ਪਾਊਡਰ ਜਾਂ ਅਗ ਲਾਉਣ ਦਾ ਸਮਾਨ ਜਾਂ ਦੂਜਾ ਇਹਨਾਂ ਨੇ ਵਰਤਿਆ ਜੀ ਉਹ ਉਹਨਾਂ ਨੂੰ ਨੁਕਸਾਨ ਨਹੀਂ ਕਰ ਸਕੇ ਜੇ ਪਲਾਨਡ ਹੁੰਦਾ ਤੋ ਕਿੰਨਾ ਜ਼ਿਆਦਾ ਹੋਣਾ ਸੀ ਸੋ ਇਹ ਵੀ ਕਹਿ ਵੀ ਜਿੱਥੇ ਬਿਆਨ ਸਿੰਘ ਹੋਰਾਂ ਨੇ ਕੱਲੂ ਕਾਰਾ 84 ਦੀ ਬਰਬਾਦੀ ਆ ਕੇ ਅੱਖੀਂ ਦੇਖੀ ਸੀ ਉੱਥੇ ਉਹਨਾਂ ਨੂੰ ਇਸ ਗੱਲ ਦੇ ਵੀ ਪਹਿਣਕ ਪੈ ਗਈ ਸੀ ਕਿ ਵੀ ਇਹ ਹੁਣ ਇਹ ਕੰਮ ਕਰਨ ਜਾ ਰਹੀ ਐ ਨੇ ਭਾਰਤ ਪਰਚ ਗੁਰੂ ਨਾਨਕ ਸਾਹਿਬ ਦੇ ਹਰਮੰਦਰ ਸਾਹਿਬ ਤੇ ਹਮਲਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ ਕੀਤਾ ਸੀ ਵੀ ਇਹਨੇ ਹੁਣੇ ਕਰਨ ਜੀ ਸੋ ਕਈ ਵਾਰੀ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਪ੍ਰੀਐਮਪਟ ਸਟ੍ਰਾਈਕ ਕਰਦੇ ਹੋ ਤਾਂ ਕਿ ਨੁਕਸਾਨ ਬਚਾ ਸਕੋ ਸੋ ਜਿਵੇਂ ਬਿਆਨ ਸਿੰਘ ਔਰ ਕੇਪੀ ਗਿੱਲ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਨਸਲ ਕੁਸ਼ੀ ਕਰ ਰਹੇ ਸੀ ਇੱਕ ਅੰਦਾਜ਼ੇ ਮੁਤਾਬਕ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਨੂੰ ਮਾਰ ਚੁੱਕੇ ਸੀ ਜੀ ਉਹਨਾਂ ਨੇ ਅੱਗੋਂ ਕਿਨੇ ਮਾਰਨੇ ਸੀ ਅਜੇ ਤਾਂ ਉਹਨੂੰ 92 ਦੇ ਵਿੱਚੋਂ ਬਣਿਆ ਤੇ 95 ਚ 31 ਗਸ ਨੂੰ ਮਾਰੇ ਆ ਗਿਆ ਜੇ 2.5 ਸਾਲ ਹੋਰ ਰਹਿੰਦੇ ਸੇ ਜੇ ਉਹਨਾਂ ਨੂੰ 2.5 ਸਾਲ ਹੋਰ ਮਿਲ ਜਾਂਦੇ ਤੇ ਕਿੰਨੀ ਤਬਾਹੀ ਕਰਨੀ ਸੀ ਜੀ ਤੋਂ ਅਸੀਂ ਸਮਝਦੇ ਹਾਂ ਵੀ ਇਹਨਾਂ ਨੌਜਵਾਨਾਂ ਨੇ ਉਸ ਪੀਰੀਅਡ ਚ ਆਪਣੀ ਜਵਾਨੀਆਂ ਆਪਣਾ ਫਿਊਚਰ ਪੰਥ ਦੇ ਲਈ ਕੁਰਬਾਨ ਕਰਕੇ ਬਹੁਤ ਵੱਡਾ ਕੰਮ ਕੀਤਾ ਹੈ ਇਸ ਲਈ ਅਸੀਂ ਬਹੁਤ ਨਾਚੀਜ਼ ਆ ਜੇ ਅਸੀਂ ਨਾ ਬਾਰੇ ਕੋਈ ਨਾ ਪੱਕੀ ਗੱਲ ਕਰੀਏ ਜੀ ਜੀ ਸੋ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਆ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਜਿਹੜੇ ਫੇਸਬੁੱਕ ਤੇ ਉੱਤੇ ਨੇ ਜਿਹੜੇ ਇੰਟਰਨੈਟ ਤੇ ਕਮੈਂਟ ਲਿਖਦੇ ਨੇ ਜਾਂ ਅਦਰਵਾਈਜ਼ ਕਿ ਭਾਈ ਅਸੀਂ ਸਾਡੇ ਬਹੁ ਮੁੱਲੇ ਕੀਮਤੀ ਹੀਰੇ ਨੇ ਜੀ ਇਹਨਾਂ ਨੂੰ ਅਸੀਂ ਵਾਦ ਵਿਵਾਦਾਂ ਦੇ ਵਿੱਚ ਨਾ ਲਿਆਈਏ ਇਨਾਂ ਦਾ ਸਤਿਕਾਰ ਕਰੀਏ ਇਹਨਾਂ ਦਾ ਬਣਦਾ ਜਿਹੜਾ ਮੈਂ ਸਮਝਦਾ ਵੀ ਨਿਸ਼ਾਨਾ ਹੈ ਜੀ ਉਹ ਖਾਲਸਤਾਨ ਦਾ ਸਾਡਾ ਸਾਰਿਆਂ ਦਾ ਹੀ ਹੈ ਉਸ ਵੱਲ ਅਸੀਂ ਸਟਰੈਂਥਨ ਹੋਈਏ ਸੋ ਇਸੇ ਹੀ ਭਾਵਨਾ ਦੇ ਨਾਲ ਅਸੀਂ ਆਪਣੀ ਪਹਿਲੀ ਟਿੱਪਣੀ ਵੀ ਕੀਤੀ ਸੀ ਤੇ ਹੁਣ ਜੇ ਵੀਰ ਮਨਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਲਿਖਿਆ ਤੇ ਅਸੀਂ ਇਹੀ ਕਵਾਂਗੇ ਕਿ ਕਿਸੇ ਦੇ ਉੱਤੇ ਕੋਈ ਲੇਬਲ ਨਾ ਲਾਓ ਕਿ ਫਲਾਣਾ ਫਲਾਣਾ ਨਾ ਰੜ ਗਏ ਜੀ ਜੀ ਨਜ਼ਰ ਜ਼ਰੂਰ ਰੱਖੋ ਤਾਂ ਕਿ ਆ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਬਹੁਤ ਵਾਰ ਜੇਲ੍ਹ ਚੰਦਰ ਰਹਿੰਦੇ ਆ ਉਸ ਕਿਸਮ ਦੇ ਲੋਕ ਹੀ ਤੁਹਾਨੂੰ ਮਿਲਦੇ ਨੇ ਜਿਹੜੀ ਉਹਦਾ ਦੀ ਜਾਣਕਾਰੀ ਦਿੰਦੇ ਨੇ ਜੀ ਲੇਕਨ ਅਸੀਂ ਆਪਸੀ ਪ੍ਰੇਮ ਪਿਆਰ ਉਹ ਇਹਨਾਂ ਦੋਨਾਂ ਹੀ ਯੋਧਿਆਂ ਦੇ ਐਡਮਾਇਰਰ ਹੈ ਔਰ ਅਸੀਂ ਇਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਆਂ ਔਰ ਹਮੇਸ਼ਾ ਹੀ ਕਰਦੇ ਰਹਿਵਾਂਗੇ ਜੀ 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 ਬਿਲਕੁਲ ਡਾਕਟਰ ਸਾਹਿਬ ਹੁਣ ਅਸੀਂ ਸਾਜ ਦਾ ਸਾਸ਼ਿ ਸ਼ੁਰੂ ਕਰਦੇ ਆਂ ਅੱਜ 29 ਅਕਤੂਬਰ 2013 ਹੋਰ ਵੀ ਹੈ ਈਮੇਲ ਸੁ ਪੜ ਲਓ ਇੱਕ ਈਮੇਲ ਹੋਰ ਦੇ ਵਕਤ ਹੈ ਠੀਕ ਹੈ ਜੀ ਹਾਂਜੀ ਇਹ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ ਇਹ ਲਿਖਦੇ ਆ ਡਾਕਟਰ ਸਾਹਿਬ ਵਾਇਗ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਮੈਂ ਤੁਹਾਡਾ 16 ਅਕਤੂਬਰ ਬੁੱਧਵਾਰ ਦਾ ਪ੍ਰੋਗਰਾਮ ਦੇਖਿਆ ਇੱਕ ਸਵਾਲ ਮੇਰੇ ਜਨ ਵਿੱਚ ਆਇਆ ਕਿ ਜੇ ਤੁਹਾਡੇ ਨੇੜੇ ਜਾਂ ਦੂਰ ਦੇ ਪਰਿਵਾਰ ਦਾ ਕੋਈ ਵਿਅਕਤੀ ਕਿਸੇ ਗੁਰਨਿੰਦਕ ਰੂਪ ਦਾ ਪਿਛਲਗ ਹੈ ਤਾਂ ਉਸ ਨਾਲ ਲਾਈਨ ਖਿੱਚ ਲੈਣੀ ਚਾਹੀਦੀ ਹੈ ਇਸ ਨਾਲ ਮੈਂ ਸਹਿਮਤ ਹਾਂ ਪਰ ਜਦੋਂ ਇਸ ਦੇ ਵਿਹਾਰਕ ਰੂਪ ਵਿੱਚ ਅਮਲ ਕੀਤਾ ਜਾਂਦਾ ਹੈ ਤਾਂ ਅਮਲ ਕਰਨ ਵਾਲਾ ਵਿਅਕਤੀ ਅਲੱਗ-ਥਲਗ ਪੈ ਜਾਂਦਾ ਹੈ ਅਤੇ ਕਈ ਵਾਰ ਆਪਣਾ ਪਰਿਵਾਰ ਵੀ ਉਸ ਤੋਂ ਮੂੰ ਮੋੜ ਲੈਂਦਾ ਹੈ। ਕਿਰਪਾ ਕਰਕੇ ਦੱਸੋ ਕਿ ਜਦੋਂ ਵਿਅਕਤੀ ਨੂੰ ਆਪਣੇ ਪਰਿਵਾਰ ਅਤੇ ਗੁਰਨਿੰਦਕ ਵਿੱਚੋਂ ਕਿਸੇ ਨੂੰ ਚੁਣਨਾ ਪਵੇ ਤਾਂ ਕਿਸ ਨੂੰ ਚੁਣੇ ਜੀ ਡਾਕਟਰ ਸਾਹਿਬ। ਅ ਸਭ ਤੋਂ ਪਹਿਲਾਂ ਸੀ ਵੀਰ ਪਰਮਜੀਤ ਸਿੰਘ ਜੀ ਦੇ ਬਹੁਤ ਧੰਨਵਾਦੀ ਹਾਂ। ਜੀ। ਮੈਨੂੰ ਸਾਨੂੰ ਲਿਖਿਆ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਸਾਨੂੰ ਰੋਜ਼ਾਨਾ ਲਗਭਗ 4-5 ਸਟੋਰੀਜ਼ ਜਿਹੜੀਆਂ ਟਾਈਮਜ਼ ਆਫ ਇੰਡੀਆ ਹਿੰਦੁਸਤਾਨ ਟਾਈਮਜ਼ छਪੀਆਂ ਹੁੰਦੀਆਂ ਨੇ ਜੀ ਜਾਂ ਹੋਰ ਵੀ ਫੇਸਬੁੱਕ ਤੋਂ ਉਹ ਪੇਜ ਦਿੰਦੇ ਨੇ ਜੀ ਜੀ ਔਰ ਜਿਹਦੇ ਨਾਲ ਸਾਨੂੰ ਮਦਦ ਮਿਲਦੀ ਹੈ ਬੇਸ਼ੱਕ ਅਸੀਂ ਆਪ ਵੀ মিডিਆ ਮਾਨੀਟਰ ਕਰਦੇ ਹਾਂ ਪਰ ਇਹਨਾਂ ਦੀ ਪੇਜੀ ਜਾਣਕਾਰੀ ਬੜੀ ਮਦਦਗਾਰ ਹੁੰਦੀ ਹੈ ਜੀ ਜੀ ਅ ਇਹਨਾਂ ਦਾ ਕਿਉਂਕਿ ਇਹਨਾਂ ਨੇ ਸਾਡੇ 16 ਅਕਤੂਬਰ ਵਾਲੇ ਦੇ ਉੱਤੇ ਪ੍ਰੋਗਰਾਮ ਤੇ ਟਿੱਪਣੀ ਕੀਤੀ ਹੈ ਜੀ ਕਿ ਉਹਦੇ ੱਚ ਸਵਾਲ ਆਇਆ ਸੀ ਕਿ ਵੀ ਜਿਹੜਾ ਕੋਈ ਲਾਈਨ ਕਰਾਸ ਕਰਦਾ ਗੁਰਮਤ ਦੇ ਉਲਟ ਜਿਹੜੀ ਲਾਈਨ ਲੈਂਦਾ ਉਹਦੇ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਜੀ ਜੀ ਸੋ ਮੈਂ ਗੁਰੂ ਹਰਰਾਇ ਜੀ ਸਾਹਿਬ ਦੇ ਹਵਾਲੇ ਨਾਲ ਕਿ ਕਿਵੇਂ ਉਹਨਾਂ ਨੇ ਰਾਮ ਰਾਏ ਜਿਹੜਾ ਉਹਨਾਂ ਦਾ ਸੁਪੁੱਤਰ ਸੀ ਯੋਗ ਬੱਚਾ ਸੀ ਉਹਨੂੰ ਭੇਜਿਆ ਜੀ ਰਿਪਰੈਜ਼ੈਂਟੇਸ਼ਨ ਦੇ ਲਈ ਪਰ ਜੇ ਉਹਨੇ ਵੇੜੇ ਦੇ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਕੋਈ ਸਟੈਂਡ ਬਦਲੇ ਤੇ ਗੁਰੂ ਸਾਹਿਬ ਨੇ ਇੱਕ ਲਾਈਨ ਖਿੱਚ ਕੇ ਕਿਹਾ ਵੀ ਮੇਰਾ ਪੁੱਤਰ ਨਹੀਂ ਹੈ ਔਰ ਉਹਨੂੰ ਕਦੇ ਵੀ ਉੱਥੇ ਜਿਹੜਾ ਉਹ ਵਾਪਸ ਨਹੀਂ ਮੁੜਨ ਦਿੱਤਾ ਅੱਜ ਤੱਕ ਵੀ ਅਸੀਂ ਮੀਨੇ ਵਸੰਦ ਰਾਮ ਰਾਏ ਤੀਰਮਲੀਏ ਇਹਨਾਂ ਤਾਲ ਨਾਮ ਵਰਤਣ ਦਾ ਪ੍ਰਣ ਕਰਦੇ ਹਾਂ ਅੰਮ੍ਰਿਤ ਛਕਣ ਦੇ ਮੇਰੇ ਜੀ ਸੋ ਇਹਨਾਂ ਦਾ ਸੁਆਦ ਇਹ ਹੈ ਕਿ ਵੀ ਜੇ ਇੱਕ ਪਾਸੇ ਗੁਰੂ ਨਿੰਦਕ ਹੈ ਦੂਸਰੇ ਪਾਸੇ ਤੁਹਾਡਾ ਪਰਿਵਾਰ ਹੈ ਔਰ ਕਈ ਵਾਰ ਪਰਿਵਾਰ ਜਿਹੜਾ ਹੈ ਜੇ ਗੁਰੂ ਨਿੰਦਖ ਵੱਲ ਝੁੱਕਦਾ ਹੈ ਤੇ ਤੁਸੀਂ ਕੁਝ ਕਰਨਾ ਵੀ ਚਾਹਦੇ ਹੋ ਤਾਂ ਫਿਰ ਤੁਹਾਡੇ ਲਈ ਹੁੰਦਾ ਹੈ ਵੀ ਜਾਂ ਤੁਸੀਂ ਸਾਰਾ ਪਰਿਵਾਰ ਛੱਡ ਦਿਓ ਜੀ ਸੋ ਦੇਖੋ ਪਰਮਜੀਤ ਸਿੰਘ ਜੀ ਗੱਲ ਇਹ ਹੈ ਵੀ ਤੁਸੀਂ ਸਿਆਣਿਓ ਤੁਹਾਡੀ ਸਿਚੁਏਸ਼ਨ ਨੂੰ ਮੈਂ ਵੀ ਸਮਝਦੇ ਜੀ ਪਰ ਕਈ ਚੀਜ਼ਾਂ ਤੁਹਾਨੂੰ ਬੈਲੈਂਸ ਰੱਖਣਾ ਪੈਂਦਾ ਹੈ ਹ ਹੁਣ ਦੋ ਸਿਚੁਏਸ਼ਨਸ ਨੇ ਬਾਕੀ ਤਾਂ ਹਰ ਚੀਜ਼ ਦੀ ਜਸਟੀਫਿਕੇਸ਼ਨ ਹੁੰਦੀ ਹੈ ਮੈਂ ਉਹ ਕੋਈ ਜਸਟੀਫਾਈ ਨਹੀਂ ਕਰਨਾ ਚਾਹੁੰਦਾ ਜੀ ਜੀ ਇੱਕ ਹੁੰਦਾ ਹੈ ਵੀ ਤੁਹਾਡੀ ਪਹਿਲੀ ਗੱਲ ਤਾਂ ਸੀ ਇਹ ਮੰਨ ਕੇ ਵੀ ਤੁਰੀਏ ਕਿ ਜਦੋਂ ਅਸੀਂ ਆਪਣਾ ਲੇਖਾ ਦੇਣਾ ਆਪਣੀ ਕਾਉਂਟੇਬਿਲਟੀ ਦੇਣੀ ਹੈ ਜ਼ਿੰਦਗੀ ਦੀ ਔਰ ਇਹ ਗੱਲ ਹੀ ਵਰ ਮੈਂ ਜ ਇਹਨਾਂ ਦੀ ਚਰਚਾ ਨੂੰ ਥੋੜਾ ਜਿਹਾ ਹੋਰ ਵਿਸ਼ਾਲ ਵੀ ਕਰਾਂ ਹਾਲਾਂਕਿ ਅਕਸਰ ਕੁਝ ਥਾਂ ਦੇ ਉੱਤੇ ਅੰਮ੍ਰਿਤ ਦੋਹੀਂ ਛਕਾਇਆ ਜਾਂਦਾ ਜਦੋਂ ਪਤੀ ਪਤਨੀ ਦੋਨੋਂ ਤਿਆਰ ਹੋਣ ਜਾਂ ਦੋਨੋਂ ਛਕਣ ਜੀ ਜੀ ਉਹ ਇਕੱਲੇ ਨੂੰ ਨਹੀਂ ਛਕਾਉਂਦੇ ਪਰ ਇਹ ਵੀ ਚੋਣ ਪੰਜਾਂ ਦੇ ਪੰਜਾਂ ਪਿਆਰਿਆਂ ਦੇ ਕੋਲੇ ਰਾਈਟ ਵੀ ਹੁੰਦਾ ਹੈ ਕੁਝ ਹਾਲਾਤਾਂ ਨੂੰ ਨਾ ਜਥਿਆਂ 'ਚ ਵੀ ਜਿੱਥੇ ਕਿ ਉਹਨਾਂ ਨੇ ਨੇਮ ਬਣਾਇਆ ਵੀ ਹਸਬੈਂਡ ਵਾਈਫ ਦੋਨੋਂ ਛਕਣ ਉਹ ਵੀ ਜੇ ਦੋਨਾਂ 'ਚੋਂ ਇੱਕ ਦੀ ਇੰਨੀ ਤੀਬਰ ਇੱਛਾ ਹੈ ਤੇ ਦੂਸਰਾ ਜਿਹੜਾ ਹੈ ਬਿਲਕੁਲ ਦੂਜੇ ਪਾਸੇ ਜਾ ਚੁੱਕਾ ਹੈ ਉਹ ਵੀ ਐਕਸੈਪਸ਼ਨ ਕਰ ਦਿੰਦੇ ਨੇ ਜੀ ਜੀ ਸੋ ਮਤਲਬ ਮੈਂ ਸਮਝਦਾ ਵੀ ਇਸ ਗੱਲ ਦੇ ਬਾਰੇ ਵੀ ਜੀਐਸਸੀ ਅਧਿਆਤਮ ਦੀ ਦੁਨੀਆ 'ਚ ਵੀ ਦੇਖੀਏ ਤੇ ਲੇਖਾ ਤੇ ਹਰ ਇੱਕ ਨੇ ਆਪੋ ਆਪਣਾ ਦੇਣਾ ਜੀ ਜੀ ਉਹਦੇ 'ਚ ਤਾਂ ਕਿਤੇ ਦੋਆਂ ਦੀ ਕੋਈ ਸਾਂਝੀ ਹੋਣੀ ਨਹੀਂ ਹੈ ਕਿ ਵੀ ਤੁਸੀਂ ਕੋਈ ਅਕਾਊਂਟ ਇਕੱਠਾ ਹੈ ਤੁਹਾਡਾ ਇੱਥੇ ਤਾਂ ਜੁਆਇੰਟ ਅਕਾਊਂਟ ਖੁੱਲ ਜਾਂਦਾ ਹੈ ਬੈਂਕਾਂ 'ਚ ਪਰ ਰੱਬ ਦੀ ਦੁਨੀਆ 'ਚ ਤਾਂ ਹਰ ਇੱਕ ਨੇ ਹਸਬੰਡ ਹੋਏ ਵਾਈਫ ਹੋਏ ਪੁੱਤਰ ਹੋਏ ਪੁੱਤਰੀ ਹੋਏ ਹਰ ਇੱਕ ਨੇ ਆਪੋ ਆਪਣਾ ਲੇਖਾ ਦੇਣਾ ਹਰ ਰੂਹ ਵੱਖਰੀ ਹੈ ਲੋਰ ਹਰੂ ਦਾ ਆਪਣਾ लेखा जोखा ਹੈ ਸੋ ਮੈਂ ਸਮਝਦਾ ਕਿ ਕਈ ਹਾਲਾਤਾਂ ਚ ਬੇਬਸੀ ਵੀ ਹੁੰਦੀ ਹੈ ਜੀ ਪਰਿਵਾਰਾਂ ਚ ਮੈਂ ਉਹਨਾਂ ਸਿਚੁਏਸ਼ਨਸ ਦੇ ਵੇਰ ਵਿੱਚ ਨਹੀਂ ਜਾਣਾ ਚਾਹੁੰਦਾ ਜਿੱਥੇ ਕਈ ਵਾਰ ਨਾ ਚਾਹੰਦਿਆਂ ਹੋਇਆਂ ਵੀ ਕੁਝ ਐਸਾ ਪਰਿਵਾਰਾਂ ਚ ਹੋ ਜਾਂਦਾ ਹੈ ਅ ਕਿ ਵੀ ਤੁਹਾਡੇ ਸਾਹਮਣੇ ਉਹ ਖਲੋ ਜਾਂਦੀ ਆ ਆ ਕੇ ਕੰਧ ਬਣ ਕੇ ਉਹ ਗੱਲ ਖਲੋ ਜਾਂਦੀ ਜੀ ਜੀ ਹੁਣ ਇੱਕ ਪਾਸਾ ਹੁੰਦਾ ਹੈ ਵੀ ਤੁਹਾਡੇ ਪਰਿਵਾਰ ਦੇ 4 ਜੀ ਨੇ 5 ਜੀ ਨੇ 6 ਜੀ ਨੇ ਤੁਸੀਂ ਸਾਰਿਆਂ ਨੂੰ ਛੱਡ ਦਿਓ ਆਪਣੇ ਪੁੱਤਰ ਪੁੱਤਰੀਆਂ ਨੂੰ ਵੀ ਛੱਡ ਦਿਓ ਇਕੱਲੇ ਟੱਕਰਾਂ ਮਾਰੋ ਜੀ ਜੀ ਤੇ ਉਹਨਾਂ ਨੂੰ ਤੁਸੀਂ ਖੁੱਲੀ ਛੁੱਟੀ ਦੇ ਦਿੱਤੀ ਕਿ ਵੀ ਉਹ ਜਿਸਮਰਜ਼ੀ ਖੂਦ ਦੇ ਵਿੱਚ ਡਗੜ ਇੱਕ ਤਾਂ ਇਹ ਹੈ ਜੀ ਇੱਕ ਇਹ ਹੈ ਵੀ ਤੁਸੀਂ ਆਪਣਾ ਸਟੈਂਡ ਜਦ ਤੱਕ ਤੁਹਾਡਾ ਤਾਲੁਕ ਹੈ ਤੁਸੀਂ ਉਹਦੇ ਤੇ ਕਾਇਮ ਰਹੋ ਆਪਣੇ ਬੱਚੇ ਬੱਚੀਆਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਭੁੱਲ ਭੁਲੇਖੇ ਦੂਜੇ ਪਾਸੇ ਟਿੱਕੇ ਨੇ ਉਹਨਾਂ ਨੂੰ ਸਮਝਾਣ ਉਹਨਾਂ ਪ੍ਰਤੀ ਪਹੁੰਚ ਰੱਖਣ ਦਾ ਦਰਵਾਜ਼ਾ ਬੰਦ ਨਾ ਕਰੋ ਜੀ ਅਲਟੀਮੇਟਲੀ ਸੱਚ ਤੇ ਸੱਚ ਹੈ ਇੱਕ ਦਿਨ ਐਸਾ ਜ਼ਰੂਰ ਆਂਦਾ ਜਾਏਗਾ ਜਦੋਂ ਕਿ ਸੱਚ ਸੱਚ ਹੋ ਕੇ ਇਜ਼ਹਾਰ ਹੋਏਗਾ ਜੀ ਬਿਲਕੁਲ ਔਰ ਉਹ ਮੋੜ ਪੈਣਗੇ ਉਸ ਪੱਖੋਂ ਤੇ ਜੇ ਅਸੀਂ ਬਿਲਕੁਲ ਹੀ ਹਰ ਵਾਰੀ ਹਰ ਸਿਚੁਏਸ਼ਨ ਚ ਕਾੜਾ ਮਾਰ ਦਈਏ ਕਿ ਜੀ ਬਸ ਹੁਣ ਤਾਂ ਇਹ ਮੁੱਕ ਗਿਆ ਤੇ ਫਿਰ ਉਹ ਕਿਦਾ ਕਹਿਣਾ ਕਿ ਭਈ ਇੰਨਾ ਸੱਚ ਵੀ ਨਾ ਬੋਲ ਕਿ ਇਕੱਲਾ ਰਹਿ ਜਾਵੇਂ ਚਾਰ ਬੰਦੇ ਦਾ ਰਹਿਣ ਰਹਿਣ ਦੇ ਮੋਢਾ ਦੇਣ ਲਈ ਜ਼ਿੰਦਗੀ ਚ ਠੀਕ ਹੈ ਕੁਝ ਚੀਜ਼ਾਂ ਬਹੁਤ ਫਰਮ ਪ੍ਰਿੰਸੀਪਲ ਹੁੰਦੀਆਂ ਜੇ ਸਿੱਖੀ ਕਿਸਾਂ ਸਵਾਸਨ ਨਾਲ ਨਿਭਾਣ ਦੀ ਗੱਲ ਹੈ ਚੋਇਸ ਹੈ ਕਿ ਭਾਈ ਕੇਸ ਕਤਲ ਕਰਾਓ ਜਾਂ ਜ਼ਿੰਦਗੀ ਬਚਾਓ ਉਹੋ ਕੇਸ ਕਤਲ ਕਰਵਾਣ ਨਾਲੋਂ ਜ਼ਿੰਦਗੀ ਕੁਰਬਾਨ ਕਰਨਾ ਜਿਹੜਾ ਭਾਈ ਤਾਰੂ ਸਿੰਘ ਹੁਣ ਉਹ ਇੱਕ ਡਿਫਰੈਂਟ ਸਿਚੁਏਸ਼ਨ ਹੁੰਦੀ ਹੈ ਪਰ ਜਦੋਂ ਅੱਜ ਅਸੀਂ ਉਹਨਾਂ ਪਰਿਵਾਰਾਂ ਚ ਜਿੱਥੇ ਕਿ ਇੰਨਾ ਕੰਪਲੈਕਸ ਸਟਰਕਚਰ ਹੈ ਕੋਈ ਕਿਸੇ ਪਾਸੇ ਤੁਰਿਆ ਕੋਈ ਕਿਸੇ ਪਾਸੇ ਤੁਰਿਆ ਤੁਸੀਂ ਬਿਲਕੁਲ ਕਟਆਫ ਹੋ ਕੇ ਵੀ ਸਰਵਾਈਵ ਨਹੀਂ ਕਰ ਸਕਦੇ ਸੋ ਉਹਦੇ ਵਿੱਚ ਮੈਂ ਸਮਝਦਾ ਕਿ بجائے ਕਟਆਫ ਲਾਈਨ ਰੱਖਣ ਦੇ ਆਪਣੀ ਪ੍ਰੈਜੈਂਸ ਰੱਖੋ ਆਪ ਤੁਸੀਂ ਨਾ ਜਾਓ ਉਹਨਾਂ ਉਹਨਾਂ ਸਾਰਿਆਂ ਦੇ ਦਵਾਰਿਆਂ ਤੇ ਜਿਹੜੇ ਗੁਰੂ ਨਿੰਦਕ ਵਜਦੇ ਨੇ ਜਾਂ ਗੁਰੂਆਂ ਤੋਂ ਦੂਰ ਨੇ ਜੀ ਜੇ ਤੁਹਾਡਾ ਕੋਈ ਜੀ ਉਹਨਾਂ ਦੇ ਨਾਲ ਰਿਸ਼ਤੇਦਾਰੀ ਚ ਵਰਤਣਾ ਵੀ ਚਾਹੁੰਦੇ ਉਹਨਾਂ ਨੂੰ ਥੋੜਾ ਬਹੁਤ ਦੇ ਦਿਓ ਉਸ ਕਿਸਮ ਦਾ ਬਟ ਨਾਉਣਾ ਨੂੰ ਪਰਸੂਏਟ ਵੀ ਕਰੋ ਕਿ ਭਾਈ ਇਹ ਰਸਤਾ ਠੀਕ ਨਹੀਂ ਹੈ ਜੀ ਜੀ ਔਰ ਮੈਂ ਸਮਝਦਾ ਵੀ ਇੱਕ ਦਿਨ ਜਿਹੜਾ ਸੱਚ ਹੈ ਉਹ ਜਾਗਰ ਹੁੰਦਾ ਹੈ ਜੀ ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ ਡਰਸਾਂ ਉਹਨਾਂ ਨੇ ਬ੍ਰੇਕ ਈਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਿਆ ਕਮਰਸ਼ਲ ਬ੍ਰੇਕ ਤੋਂ ਬਾਅਦ